ਤਸਵੀਰਾਂ ਤੁਹਾਨੂੰ ਮੋਹਾਲੀ ਤੋਂ ਦਿਖਾ ਰਹੇ ਹਾਂ, ਜਿੱਥੇ ਆਈਰਸ ਹਰਪ੍ਰੀਤ ਸਿੰਘ ਨੂੰ ਹੈ ਜਿਹੜਾ ਅੰਤਿਮ ਸੰਸਕਾਰ ਵਾਸਤੇ ਉਹਨਾਂ ਦੀ ਬੋਡੀ ਲਿਆਂਦੀ ਗਈ ਆ। ਅਤੇ ਮਾਮਲਾ ਜਿਵੇਂ ਕਿ ਸਭ ਦੇ ਧਿਆਨ 'ਚ ਹੈ ਕਿ ਜਿਵੇਂ ਸੈਕਟਰ 43 ਦੀ ਸੈਸ਼ਨ ਕੋਰਟ ਦੇ ਵਿੱਚ ਉਹਨਾਂ ਦੇ ਆਪਣੇ ਵਾਈਫ ਦੇ ਨਾਲ ਚੱਲ ਰਹੇ ਡਿਸਪਿਊਟ ਨੂੰ ਲੈ ਕੇ ਮੀਡੀਏਟਰ ਦੇ ਕੋਲ ਜਿਹੜੀ ਇੱਕ ਮੀਟਿੰਗ ਫਿਕਸ ਕੀਤੀ ਗਈ ਸੀ, ਜਿਸ ਸਮੇਂ ਦੇ ਦੌਰਾਨ ਉਹਨਾਂ ਨੂੰ ਗੋਲੀ ਲੱਗਦੀ ਹੈ। ਅਤੇ ਇਹ ਹਰਪ੍ਰੀਤ ਸਿੰਘ ਹੋਰਾਂ ਦੇ ਮਦਰ ਨੇਗੇ ਅਤੇ ਬਾਕੀ ਉਹਨਾਂ ਦੇ ਪਰਿਵਾਰ ਦੇ ਲੋਕ ਜਿਹੜੇ ਆ ਘਰ, ਕਿਉਂਕਿ ਜਵਾਨ ਪੁੱਤ ਦੀ ਮੌਤ 'ਤੇ ਸਮਝਿਆ ਜਾ ਸਕਦਾ ਕਿ ਪਰਿਵਾਰ ਕਿਸ ਤਰ੍ਹਾਂ ਦੇ ਨਾਲ ਟੁੱਟ ਜਾਂਦਾ ਬੁਰੀ ਤਰ੍ਹਾਂ ਦੇ ਨਾਲ। ਪਿਤਾ ਕਿਵੇਂ ਨਾ ਕਿਵੇਂ ਹਿੰਮਤ ਕਰਕੇ ਆਖਰੀ ਜਿਹੜੇ ਪੁੱਤ ਨੂੰ ਅੰਤਿਮ ਵਿਦਾਈ ਦੇਣ ਦੇ ਵਾਸਤੇ ਆਪਣੀ ਰਸਮਾਂ ਦੇ ਵਿੱਚ ਸ਼ਾਮਲ ਹੋ ਰਹੇ ਨੇ, ਉਸ ਅੰਜਾਮ ਤੱਕ ਸਾਨੂੰ ਨਹੀਂ ਲਿਜਾਣਾ ਚਾਹੀਦਾ ਜਿੱਥੇ ਉਹਦਾ ਐਂਡ ਹੈ ਜਿਹੜਾ ਉਹ ਇਸ ਤਰ੍ਹਾਂ ਦੇ ਨਾਲ ਦਰਦਨਾਕ ਹੋਵੇ। ਅੱਜ ਜਿੱਥੇ ਇੱਕ ਪਾਸੇ ਦੇਖੀਏ ਤਾਂ ਹਰਪ੍ਰੀਤ ਹੋਰਾਂ ਦਾ ਪਰਿਵਾਰ ਆਪਣੇ ਪੁੱਤ ਦੇ ਇਨਸਾਫ਼ ਦੀ ਲੜਾਈ ਲੜ ਰਿਹਾ, ਪਰ ਇਹ ਹਾਲਾਤ ਬਣੇ ਕਿਉਂ ਤਾਂ ਉਹਦੇ ਵਿੱਚ ਇਹ ਸਮਝਣ ਵਾਲੀ ਗੱਲ ਹੈ ਵੀ ਕਿਸੇ ਵੀ ਕਲੇਸ਼ ਨੂੰ, ਕਿਸੇ ਵੀ ਲੜਾਈ ਝਗੜੇ ਨੂੰ ਐਡੀ ਦੂਰ ਤੱਕ ਤਾਂ ਇੰਨੀ ਮਨਾਂ ਦੇ ਵਿੱਚ ਖਟਾਸ ਨਹੀਂ ਲੈ ਕੇ ਜਾਣੀ ਚਾਹੀਦੀ ਕਿ ਉਹਦੇ ਜਿਹੜੇ ਅੰਜਾਮ ਨੇ ਉਹ ਦਰਦ ਭਰੇ ਹੋਣ। ਹਰਪ੍ਰੀਤ ਸਿੰਘ ਹੋਰਾਂ ਦਾ ਜੇ ਸਤਿ ਸ਼੍ਰੀ ਅਕਾਲ, ਕੁਝ ਦਿਨ ਪਹਿਲਾਂ ਸੈਕਟਰ 43 ਕੋਰਟ ਦੇ ਵਿੱਚ ਇੱਕ ਆਈਰਸ ਨੂੰ ਗੋਲੀਆਂ ਮਾਰੀ ਗਈਆਂ, ਆਰੋਪ ਉਹਨਾਂ ਦੇ ਸਹੁਰਿਆਂ ਦੇ ਉੱਤੇ ਹੈ। ਅਤੇ ਉਦੋਂ ਬਾਅਦ ਜੇ ਦੇਖਿਆ ਜਾਵੇ ਪੋਸਟਮਾਰਟਮ ਦੇ ਤਕਰੀਬਨ 2 ਦਿਨ ਤੋਂ ਬਾਅਦ ਅੱਜ ਜਿਹੜੀ ਹੈ ਪਰਿਵਾਰ ਦੇ ਵੱਲੋਂ ਅੰਤਿਮ ਸੰਸਕਾਰ ਕੀਤਾ ਜਾ ਰਿਹਾ। ਸਾਹਮਣੇ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ, ਬੜਾ ਗਮਹੀਨ ਮਾਹੌਲ ਹੈ ਅਤੇ ਆਈਰਸ ਦੇ ਜਿੰਨੇ ਸਗੇ ਸੰਬੰਧੀ ਨੇ ਅਤੇ ਨਾਲ ਹੀ ਉਹਨਾਂ ਦੇ ਪਰਿਵਾਰ ਦੇ ਲੋਕਾਂ ਦੇ ਨਾਲ ਨਾਲ ਜੇ ਗੱਲ ਕਹੀਏ ਤਾਂ ਦੂਜੇ ਪਾਸੇ ਉਹਨਾਂ ਦੇ ਜਿਹੜੇ ਦਫ਼ਤਰੀ ਸਟਾਫ ਦੇ ਲੋਕ ਨੇ ਜਾਂ ਅਫਸਰ ਨੇਗੇ ਉਹ ਵੀ ਅੰਤਿਮ ਵਿਦਾਈ ਦੇਣ ਵਾਸਤੇ ਪਹੁੰਚੇ ਨੇਗੇ। ਤਸਵੀਰਾਂ ਤੁਹਾਨੂੰ ਮੋਹਾਲੀ ਤੋਂ ਦਿਖਾ ਰਹੇ ਹਾਂ, ਜਿੱਥੇ ਆਈਰਸ ਹਰਪ੍ਰੀਤ ਸਿੰਘ ਨੂੰ ਹੈ ਜਿਹੜਾ ਅੰਤਿਮ ਸੰਸਕਾਰ ਵਾਸਤੇ ਉਹਨਾਂ ਦੀ ਬੋਡੀ ਲਿਆਂਦੀ ਗਈ ਆ। ਅਤੇ ਮਾਮਲਾ ਜਿਵੇਂ ਕਿ ਸਭ ਦੇ ਧਿਆਨ 'ਚ ਹੈ ਕਿ ਜਿਵੇਂ ਸੈਕਟਰ 43 ਦੀ ਸੈਸ਼ਨ ਕੋਰਟ ਦੇ ਵਿੱਚ ਉਹਨਾਂ ਦੇ ਆਪਣੇ ਵਾਈਫ ਦੇ ਨਾਲ ਚੱਲ ਰਹੇ ਡਿਸਪਿਊਟ ਨੂੰ ਲੈ ਕੇ ਮੀਡੀਏਟਰ ਦੇ ਕੋਲ ਜਿਹੜੀ ਇੱਕ ਮੀਟਿੰਗ ਫਿਕਸ ਕੀਤੀ ਗਈ ਸੀ, ਜਿਸ ਸਮੇਂ ਦੇ ਦੌਰਾਨ ਉਹਨਾਂ ਨੂੰ ਗੋਲੀ ਲੱਗਦੀ ਹੈ ਅਤੇ ਹਸਪਤਾਲ ਲਿਜਾਂਦੇ ਉਹਨਾਂ ਦੀ ਮੌਤ ਹੋ ਜਾਂਦੀ ਹੈ। ਪਰਿਵਾਰ ਦੇ ਸਿੱਧੇ ਆਰੋਪ ਆਪਣੇ ਹੀ ਯਾਨੀ ਕਿ ਮੁੰਡੇ ਦੇ ਚਾਚੇ ਦੇ ਉੱਤੇ ਨੇ, ਦੂਜੇ ਪਾਸੇ ਸਹੁਰੇ ਦੇ ਉੱਤੇ ਨੇ ਕਿ ਆਖਰ ਉਹਨਾਂ ਦੇ ਵੱਲੋਂ ਗੋਲੀਆਂ ਮਾਰੀਆਂ ਗਈਆਂ ਨੇ। ਪੂਰਾ ਮਾਮਲਾ ਜੇ ਕਹੀਏ ਇੱਕ ਪਾਸੇ ਜਿੱਥੇ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ, ਤਾਂ ਨਾਲ ਨਾਲ ਗੱਲ ਇਹ ਵੀ ਹੈ ਕਿ ਹਾਈਕੋਰਟ ਦੇ ਵਿੱਚ ਵੀ ਪਰਿਵਾਰ ਦੇ ਵੱਲੋਂ ਸੁਰੱਖਿਆ ਨੂੰ ਲੈ ਕੇ ਰਿੱਟ ਹੈ ਜਿਹੜੀ ਇੱਕ ਲਾਈ ਗਈ ਹੈ। ਪਰ ਇਹ ਤਸਵੀਰਾਂ ਤੁਹਾਨੂੰ ਮੋਹਾਲੀ ਦੀਆਂ ਦਿਖਾ ਰਹੇ ਹਾਂ, ਜਿੱਥੇ ਬੇਹੱਦ ਗਮਹੀਨ ਮਾਹੌਲ ਦੇ ਵਿੱਚ ਆਈਰਸ ਹਰਪ੍ਰੀਤ ਸਿੰਘ ਨੂੰ ਅੰਤਿਮ ਵਿਦਾਈ ਹੈ ਜਿਹੜੀ ਉਹ ਦਿੱਤੀ ਜਾਣੀ ਹੈ। ਇਹ ਹਰਪ੍ਰੀਤ ਸਿੰਘ ਹੋਰਾਂ ਦੇ ਮਦਰ ਨੇਗੇ ਅਤੇ ਬਾਕੀ ਉਹਨਾਂ ਦੇ ਪਰਿਵਾਰ ਦੇ ਲੋਕ ਜਿਹੜੇ ਆ ਘਰ, ਕਿਉਂਕਿ ਜਵਾਨ ਪੁੱਤ ਦੀ ਮੌਤ 'ਤੇ ਸਮਝਿਆ ਜਾ ਸਕਦਾ ਕਿ ਪਰਿਵਾਰ ਕਿਸ ਤਰ੍ਹਾਂ ਦੇ ਨਾਲ ਟੁੱਟ ਜਾਂਦਾ ਬੁਰੀ ਤਰ੍ਹਾਂ ਦੇ ਨਾਲ। ਪਿਤਾ ਕਿਵੇਂ ਨਾ ਕਿਵੇਂ ਹਿੰਮਤ ਕਰਕੇ ਆਖਰੀ ਜਿਹੜੇ ਪੁੱਤ ਨੂੰ ਅੰਤਿਮ ਵਿਦਾਈ ਦੇਣ ਦੇ ਵਾਸਤੇ ਆਪਣੀ ਰਸਮਾਂ ਦੇ ਵਿੱਚ ਸ਼ਾਮਲ ਹੋ ਰਹੇ ਨੇਗੇ। ਇਹ ਉਹਨਾਂ ਦੇ ਮਦਰ ਨੇ। ਤਸਵੀਰਾਂ 'ਚ ਜਿਵੇਂ ਤੁਹਾਨੂੰ ਦਿਖਾ ਰਹੇ ਹਾਂ ਕਿ ਅੰਤਿਮ ਵਿਦਾਈ ਹੈ ਜਿਹੜੀ ਹਰਪ੍ਰੀਤ ਸਿੰਘ ਹੋਰਾਂ ਨੂੰ ਦਿੱਤੀ ਜਾ ਰਹੀ ਹੈ। ਅਤੇ ਇਸ ਪੂਰੇ ਮਾਮਲੇ ਦੇ ਵਿੱਚ ਦੇਖਿਆ ਜਾਵੇ ਤਾਂ ਖੈਰ ਸਮਾਜਿਕ ਤੌਰ 'ਤੇ ਚਲੋ, ਕਿਉਂਕਿ ਮਾਮਲਾ ਕੋਰਟ ਦੇ ਵਿੱਚ ਚੱਲਣਾ ਹੈ, ਪੁਲਿਸ ਨੇ ਇਨਵੈਸਟੀਗੇਟ ਕਰਨਾ ਹੈ, ਪਰ ਇਹਦੇ ਤੋਂ ਇੱਕ ਗੱਲ ਸਭ ਸਮਝ ਲੱਗਦੀ ਹੈ ਅਤੇ ਜਿਹੜਾ ਸੋਸ਼ਲੀ ਮੈਸੇਜ, ਕਿਉਂਕਿ ਹਰ ਇੱਕ ਘਟਨਾ ਅਤੇ ਹਰ ਇੱਕ ਕੋਈ ਨਾ ਕੋਈ ਵਾਰਦਾਤ ਇੱਕ ਚੀਜ਼ ਜ਼ਰੂਰ ਸਾਨੂੰ ਸਿਖਾਉਂਦੀ ਆ। ਅਤੇ ਇੱਥੋਂ ਸਿਰਫ ਤੁਸੀਂ ਇੰਨੀ ਚੀਜ਼ ਦੱਸ ਕਰ ਸਕਦੇ ਹੋ ਕਿ ਇਸ ਜੇ ਕਹੀਏ ਕਿ ਮੌਤ ਦਾ ਕਾਰਨ ਸਭ ਤੋਂ ਵੱਡਾ ਉਹ ਘਰ ਦਾ ਕਲੇਸ਼ ਬਣਿਆ ਜਿਹਦੇ 'ਚ ਪਤੀ ਪਤਨੀ ਦੀ ਆਪਸੀ ਲੜਾਈ ਆਖਰਕਾਰ
ਮੌਤ ਦੇ ਮੂੰਹ ਤੱਕ ਹਰਪ੍ਰੀਤ ਹੋਰ ਆਉਣ ਲੈ ਗਈ। ਸਰਕਮਸਟਾਂਸ ਕੋਈ ਵੀ ਭਾਵੇਂ ਬਣੇ ਹੋਣ, ਪਰ ਇੱਕ ਗੱਲ ਇਹ ਤੋਂ ਜ਼ਰੂਰ ਇਹ ਮਿਲਦੀ ਹੈ ਕਿ ਸਾਨੂੰ ਕਿਸੇ ਵੀ ਲੜਾਈ ਨੂੰ ਕਿਸੇ ਵੀ ਉਸ ਅੰਜਾਮ ਤੱਕ ਸਾਨੂੰ ਨਹੀਂ ਲਿਜਾਣਾ ਚਾਹੀਦਾ ਜਿੱਥੇ ਉਹਦਾ ਐਂਡ ਹੈ ਜਿਹੜਾ ਉਹ ਇਸ ਤਰ੍ਹਾਂ ਦੇ ਨਾਲ ਦਰਦਨਾਕ ਹੋਵੇ। ਅੱਜ ਜਿੱਥੇ ਇੱਕ ਪਾਸੇ ਦੇਖੀਏ ਤਾਂ ਹਰਪ੍ਰੀਤ ਹੋਰਾਂ ਦਾ ਪਰਿਵਾਰ ਆਪਣੇ ਪੁੱਤ ਦੇ ਇਨਸਾਫ ਦੀ ਲੜਾਈ ਲੜ ਰਿਹਾ, ਦੂਜੇ ਪਾਸੇ ਦੇਖਿਆ ਜਾਵੇ ਤਾਂ ਪੂਰਾ ਪਰਿਵਾਰ ਦੇ ਲਈ ਇਕਲੌਤਾ ਪੁੱਤ ਜਿਹੜਾ ਕਿ ਆਖਰੀ ਸਮੇਂ ਦੇ ਦੌਰਾਨ ਜਿਹੜੇ ਬਜ਼ੁਰਗਾਂ ਨੇ ਸਹਾਰੇ ਦੇ ਤੌਰ ਦੇ ਉੱਤੇ ਦੇਖਣਾ ਸੀ, ਸਹਾਰਾ ਬਣ ਕੇ ਅੱਗੇ ਜਿਸ ਜਿਹੜਾ ਉਹ ਸਮਾਂ ਹੁੰਦਾ ਬਜ਼ੁਰਗੀ ਦਾ ਜਦੋਂ ਆਪਦੇ ਪੁੱਤ ਦੀ ਚਾਦਰ ਦੇ ਹੇਠ ਜਦੋਂ ਇੱਕ ਸੌਖੀ ਜ਼ਿੰਦਗੀ ਮਾਂ ਪਿਓ ਜਿਉਣਾ ਚਾਹੁੰਦੇ ਨੇ, ਉਸ ਸਮੇਂ ਦੇ ਦੌਰਾਨ ਅੱਜ ਪੁੱਤ ਨੂੰ ਅੰਤਿਮ ਵਿਦਾਈ ਦੇਣਾ ਸਮਝਿਆ ਜਾ ਸਕਦਾ। ਇਹ ਉਹੀ ਪਰਿਵਾਰ ਜੀ 'ਤੇ ਬੀਤੀ ਆ, ਉਹਨੂੰ ਹੀ ਪਤਾ ਲੱਗਦਾ ਕਿ ਕਿਵੇਂ ਕਿੰਨਾ ਔਖਾ ਕਿੰਨਾ ਦਰਦ ਭਰਾ ਇਹ ਹੁੰਦਾ ਕਿ ਅੱਖਾਂ ਦੇ ਹੰਝਰੂ ਭਾਵੇਂ ਮੁੱਕਰ ਜਾਣ ਇੱਕ ਸਮੇਂ ਦੇ ਦੌਰਾਨ, ਪਰ ਇਹ ਯਾਦਾਂ ਅਤੇ ਇਹ ਦਰਦ ਤਾਂ ਉਮਰ ਨਾਲ ਰਹਿਣਾ। ਅਤੇ ਜਿਹੜਾ ਸਮਾਂ ਦੇ ਦੌਰਾਨ ਪੁੱਤ ਪੋਤਿਆਂ ਦੇ ਨਾਲ ਖੇਡਣ ਦਾ ਸੀਗਾ, ਉਸ ਸਮੇਂ ਦੇ ਦੌਰਾਨ ਕੋਰਟਾਂ ਕਚਹਿਰੀਆਂ ਦੇ ਵਿੱਚ ਆਖਰ ਪਰਿਵਾਰ ਆਪਦੇ ਇਨਸਾਫ ਦੀ ਲੜਾਈ ਲੜਦਾ ਨਜ਼ਰ ਆਊਗਾ। ਦੂਜੇ ਪਾਸੇ ਦੇਖਿਆ ਜਾਵੇ ਤਾਂ ਅਮਰਵਿੰਦਰ ਸਿੱਧੂ ਹੋਰਾਂ ਦੇ ਉੱਤੇ ਇਹਦੇ ਐਲੀਗੇਸ਼ਨ ਨੇ, ਹਾਲਾਂਕਿ ਆਖਰੀ ਕੋਰਟ ਡਿਸਾਈਡਾਂ ਕਰਨਗੀਆਂ ਤਮਾਮ ਫੈਕਟਸ ਦੇਖ ਕੇ ਕਿ ਆਖਰ ਹੋਇਆ ਕੀ, ਕਿਉਂ ਇੱਥੇ ਤੱਕ ਹਾਲਾਤ ਬਣੇ, ਕਿਸ ਨੇ ਕਿਵੇਂ ਗੋਲੀ ਮਾਰੀ, ਕਿਉਂ ਮਾਰੀ ਭਾਵੇਂ। ਪਰ ਦੇਖਿਆ ਜਾਵੇ ਤਾਂ ਇੱਕ ਵਾਰੀ ਉਸ ਪਰਿਵਾਰ 'ਤੇ ਵੀ, ਦੂਜੇ ਪਰਿਵਾਰ 'ਤੇ ਵੀ ਜੇ ਦੇਖਿਆ ਜਾਵੇ ਐਡਾ ਹੀ ਭਾਰ ਟੁੱਟਿਆ ਗਾ। ਪਰ ਇਹ ਹਾਲਾਤ ਬਣੇ ਕਿਉਂ, ਤਾਂ ਉਹਦੇ ਵਿੱਚ ਇਹ ਸਮਝਣ ਵਾਲੀ ਗੱਲ ਹੈ ਵੀ ਕਿਸੇ ਵੀ ਕਲੇਸ਼ ਨੂੰ, ਕਿਸੇ ਵੀ ਲੜਾਈ ਝਗੜੇ ਨੂੰ ਐਡੀ ਦੂਰ ਤੱਕ ਤਾਂ ਇੰਨੀ ਮਨਾਂ ਦੇ ਵਿੱਚ ਖਟਾਸ ਨਹੀਂ ਲੈ ਕੇ ਜਾਣੀ ਚਾਹੀਦੀ ਕਿ ਉਹਦੇ ਜਿਹੜੇ ਅੰਜਾਮ ਨੇ ਉਹ ਦਰਦ ਭਰੇ ਹੋਣ। ਹਰਪ੍ਰੀਤ ਸਿੰਘ ਹੋਰਾਂ ਦਾ ਜਿਹੜੇ ਦਰਸ਼ਕ ਦੁਆਰੇ ਜੁੜੇ ਨੇ ਉਹਨਾਂ ਨੂੰ ਦੱਸ ਦਈਏ ਵੀ ਹਰਪ੍ਰੀਤ ਸਿੰਘ IRS ਸੀਗੇ ਅਤੇ ਸੈਂਟਰਲ ਗਵਰਨਮੈਂਟ ਦੇ ਵਿੱਚ ਵੱਡੀ ਇੱਕ ਜ਼ਿੰਮੇਵਾਰੀ ਉਹਨਾਂ ਕੋਲ ਸੀਗੀ। ਦੂਜੇ ਪਾਸੇ ਦੇਖਿਆ ਜਾਵੇ ਤਾਂ ਜਿਹੜੇ ਉਹਨਾਂ ਦੇ ਸਹੁਰੇ ਮਨਵਿੰਦਰ ਸਿੱਧੂ 'ਤੇ ਇਲਜ਼ਾਮ ਨੇ ਉਹ AIG ਨੇਗੇ ਸਾਬਕਾ ਪੰਜਾਬ ਪੁਲਿਸ ਦੇ ਵਿੱਚੋਂ, ਹਾਲਾਂਕਿ ਉਹਨਾਂ ਦੇ ਕਾਫੀ ਵਿਵਾਦਿਤ ਚਿਹਰੇ ਦੇ ਤੌਰ 'ਤੇ ਜਾਣਿਆ ਜਾਂਦਾ ਉਹਨਾਂ ਨੂੰ। ਪਰ ਜਿਸ ਤਰ੍ਹਾਂ ਦੇ ਨਾਲ ਇਹ ਸੈਕਟਰ 43 ਦੇ ਸੈਸ਼ਨ ਕੋਰਟ ਦੇ ਵਿੱਚ ਉਸ ਦਿਨ ਜਿਸ ਦਿਨ ਇਹ ਗੋਲੀ ਚੱਲਦੀ ਹੈ ਅਤੇ ਹਰਪ੍ਰੀਤ ਦੀ ਮੌਤ ਹੁੰਦੀ ਆ, ਉਸ ਦਿਨ ਮੀਡੀਏਟਰ ਦੇ ਕੋਲ ਦੋਨੇ ਧਿਰਾਂ ਨੇ ਬੈਠ ਕੇ ਸਮਝੌਤਾ ਕਰਨਾ ਸੀਗਾ ਅਤੇ ਡਿਵੋਰਸ ਦੇ ਜਿਹੜਾ ਆਖਰੀ ਇੱਕ ਕਹਿ ਸਕਦੇ ਹਾਂ ਵੀ ਸਟੈਪ ਸੀਗਾ ਬਾਕੀ ਰਹਿ ਗਿਆ ਉਹ ਪੂਰਾ ਕਰਨਾ ਸੀਗਾ। ਪਰ ਉਸ ਸਮੇਂ ਦੇ ਦੌਰਾਨ ਜਿਸ ਤਰ੍ਹਾਂ ਦੇ ਨਾਲ ਗੋਲੀ ਲੱਗਦੀ ਹੈ ਅਤੇ ਜਿਹੜੇ ਹਾਲਾਤ ਉੱਥੇ ਬਣਦੇ ਨੇ ਉਹ ਸਭ ਦੇ ਸਾਹਮਣੇ ਨੇਗੇ। ਉਦੋਂ ਬਾਅਦ ਜੇ ਕਿਹਾ ਜਾਵੇ ਤਾਂ ਹਰਪ੍ਰੀਤ ਹੋਰਾਂ ਦੀ ਹਸਪਤਾਲ ਜਾਂਦੇ ਮੌਤ ਹੋ ਜਾਂਦੀ ਹੈ। ਹੁਣ ਪੂਰਾ ਮਾਮਲੇ ਦੇ ਵਿੱਚ ਜੇ ਦੇਖਿਆ ਜਾਵੇ ਇੱਕ ਪਾਸੇ ਕੋਰਟ ਕਚਹਿਰੀ ਦੇ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਜਿਹੜੀਆਂ ਨੇ ਦਲੀਲਾਂ ਚੱਲ ਰਹੀਆਂ ਨੇ, ਦੂਜੇ ਪਾਸੇ ਪੁੱਤ ਦਾ ਉਹ ਦਰਦ ਲੈ ਕੇ ਮਾਂ ਪਿਓ ਨੇ ਜਿਹੜੇ ਉਹ ਅੱਜ ਉਹਨੂੰ ਅੰਤਿਮ ਦਵਾਈ ਵਿਦਾਈ ਦੇਣ ਪਹੁੰਚੇ ਨੇ ਅਤੇ ਉਦੋਂ ਬਾਅਦ ਵੀ ਕਹਿ ਸਕਦੇ ਹਾਂ ਘਰ ਦੇ ਵਿੱਚ ਇਹ ਦੁੱਖਾਂ ਦਾ ਪਹਾੜ ਜਿਹੜਾ ਕਦੇ ਸੁੱਖ ਦੇ ਵਿੱਚ ਬਦਲਦਾ ਹੋਇਆ ਨਜ਼ਰ ਨਹੀਂ ਆਉਂਦਾ, ਕਿਉਂਕਿ ਇਕਲੌਤਾ ਪੁੱਤ ਹੈ ਜਿਹੜਾ ਉਹ ਦੁਨੀਆ ਤੋਂ ਚਲਿਆ ਗਿਆ। ਪਰ ਇੱਕ ਗੱਲ ਜ਼ਰੂਰ ਹੈ ਕਿ ਆਖਿਰਕਾਰ ਕਲੇਸ਼ ਦੇ ਜਿਵੇਂ ਆਮ ਤੌਰ 'ਤੇ ਪੰਜਾਬ 'ਚ ਕਿਹਾ ਜਾਂਦਾ ਜਾਂ ਪੰਜਾਬੀ 'ਚ ਕਹਿ ਦਿੰਦੇ ਅਸੀਂ ਵੀ ਕਲੇਸ਼ ਦਾ ਮੂੰਹ ਕਾਲਾ, ਉਹੀ ਕਿਤੇ ਨਾ ਕਿਤੇ ਨਜ਼ਰ ਪੈਂਦਾ ਕਿ ਪਰਿਵਾਰਾਂ ਦੇ ਵਿੱਚ ਜਦੋਂ ਝਗੜੇ ਕਿਸੇ ਹੀਲੇ ਨਾਲ ਨਹੀਂ ਨਿਪਟਦੇ ਹੈਗੇ ਤਾਂ ਉਹਨਾਂ ਦੇ ਅੰਜਾਮ ਮਾੜੇ ਹੁੰਦੇ ਨੇ। ਪੁੱਤ ਦੇ ਦਰਦ ਦੇ ਨਾਲ ਸਮਝਿਆ ਜਾ ਸਕਦਾ ਕਿ ਮਾਪਿਆਂ ਦੇ ਉੱਤੇ ਅੱਜ ਇੱਕ ਜਿਹੜਾ ਬਾਹਰ ਟੁੱਟਿਆ ਉਹਦਾ ਦਰਦ ਦੂਜਾ ਸਮਝ ਸਕਦਾ, ਮਹਿਸੂਸ ਨਹੀਂ ਕਰ ਸਕਦਾ। ਸੀਨੀਅਰ ਵੀਡੀਓ ਨਿਊਜ਼ ਮਨਤੇਜ ਦੇ ਨਾਲ ਸੁਮਿਤ ਸਿੰਘ, ਰੋਜ਼ਾਨਾ ਸਪੋਰਟਸ 9 TV, ਚੰਡੀਗੜ੍ਹ।